ਸੜਿਆ ਹੋਇਆ ਫਰਨੀਚਰ ਤੇ ਬਿਸਤਰਿਆਂ ਚੋਂ ਨਿਕਲ ਰਿਹਾ ਇਹ ਧੂੰਆਂ ਤਸਵੀਰਾਂ ਉਸ ਘਰ ਦੀਆਂ ਨੇ ਜਿੱਥੇ ਕਹਿਰ ਬਣ ਕੇ ਅਸਮਾਨੀ ਬਿਜਲੀ ਡਿੱਗੀ ਹੈ। ਬਿਜਲੀ ਡਿੱਗਣ ਤੋਂ ਬਾਅਦ ਕਮਰੇ ਨੂੰ ਅੱਗ ਲੱਗ ਗਈ ਤੇ ਕਮਰੇ 'ਚ ਪਿਆ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਦੱਸ ਦੇ ਕਿ ਅਜਨਾਲਾ ਦੇ ਇੱਕ ਘਰ 'ਤੇ ਅਸਮਾਨੀ ਬਿਜਲੀ ਡਿੱਗਣ ਦੇ ਨਾਲ ਵੱਡਾ ਨੁਕਸਾਨ ਹੋਇਆ, ਜਿੱਥੇ ਹਵੇਲੀ ਦੇ ਕੋਠੇ ਵਾਲੇ ਕਮਰੇ 'ਚ ਪਿਆ ਸਾਰਾ ਸਮਾਨ ਅੱਗ ਦੇ ਵਿੱਚ ਸੜ ਕੇ ਸਵਾਹ ਹੋ ਗਿਆ। ਪਰਿਵਾਰ ਨੇ ਦੱਸਿਆ ਕਿ ਅਸਮਾਨੀ ਬਿਜਲੀ ਡਿੱਗਣ ਦਾ ਇਸ ਕਦਰ ਧਮਾਕਾ ਹੋਇਆ ਤੇ ਬਾਅਦ ਵਿੱਚ ਕਮਰੇ 'ਚ ਅੱਗ ਲੱਗ ਗਈ। ਲੋਕਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਤਾਂ ਪਾਇਆ ਗਿਆ, ਪਰ ਕਾਫੀ ਦੇਰ ਹੋ ਚੁੱਕੀ ਸੀ ਕਿਉਂਕਿ ਕਮਰੇ 'ਚ ਪਿਆ ਸਾਰਾ ਸਮਾਨ, ਫਰਨੀਚਰ, ਬਿਸਤਰੇ ਸਭ ਕੁਝ ਸੜ ਕੇ ਸਵਾਹ ਹੋ ਗਿਆ। ਗਨੀਮਤ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਜਿਸ ਸਮੇਂ ਅਸਮਾਨੀ ਬਿਜਲੀ ਡਿੱਗੀ, ਪਰਿਵਾਰ ਕੀ ਕਰ ਰਿਹਾ ਸੀ ਤੇ ਉਹਨਾਂ ਨੇ ਕੀ ਕੁਝ ਦੇਖਿਆ, ਉਹ ਤੁਸੀਂ ਉਹਨਾਂ ਦੇ ਮੂੰਹੋਂ ਹੀ ਸੁਣ ਲਓ। ਸਾਡੇ ਗ੍ਰਹਿ ਵਿਖੇ ਅਜਨਾਲਾ ਵਿਖੇ ਮਤਲਬ ਕਿ ਬੱਤੀ ਗਿਰ ਗਈ ਹੈ ਜੀ, ਕੁਦਰਤੀ ਆਫਤ, ਅਤੇ ਚਲੋ ਮਤਲਬ ਕਿ ਹੁਣ ਪਹੁੰਚਾ ਹੈ ਅਤੇ ਮਤਲਬ ਕਿ ਇਹੋ ਹੀ ਹੈ ਵੀ ਚਲੋ ਪਰਮਾਤਮਾ ਦੀ ਮਿਹਰ। ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ? ਨਹੀਂ ਜੀ, ਜਾਨੀ ਨੁਕਸਾਨ ਨਹੀਂ ਹੋਇਆ ਜੀ। ਮਾਲੀ ਕਿੰਨਾ ਕੁ ਹੋਇਆ ਥੋੜ੍ਹਾ? ਮਾਲੀ ਜੀ ਸਮਾਨ ਸੜ ਗਿਆ ਜੀ, ਸਮਾਨ ਸੀਗਾ ਮਤਲਬ ਕਿ ਕੁਝ ਲੱਕੜ ਦਾ, ਕੁਝ ਬੈੱਡ ਸੀਗੇ, ਕੁਝ ਇਸ ਤਰ੍ਹਾਂ ਦਾ ਮਤਲਬ ਕਿ ਹੈ ਨਾ ਸਮਾਨ, ਬਿਸਤਰੇ ਵਗੈਰਾ, ਉਹ ਸਾਨੂੰ ਕੀ। ਮੇਰਾ ਨਾਮ ਵੀ ਜੀ ਹਿਮਾਂਸ਼ੂ ਰਾਏ ਜੀ, ਅਤੇ ਆਪਾਂ ਦੁਕਾਨ ਦੇ ਬਾਹਰ ਖਲੋਤੇ ਸੀ ਜੀ, ਅਤੇ ਇੱਥੇ ਅੱਗ ਧੂੰਆਂ ਨਿਕਲਣ ਡਿਆ ਸੀ ਬਹੁਤ ਜ਼ਿਆਦਾ, ਅਤੇ ਆਣ ਕੇ ਵੇਖਿਆ ਤਾਂ ਕਮਰੇ 'ਚ ਅੱਗ ਲੱਗ ਗਈ ਸੀ ਜੀ, ਅਤੇ ਨੁਕਸਾਨ ਹੋ ਗਿਆ ਸਾਰਾ, ਅਤੇ ਹੁਣ ਪਾਣੀ ਨਾਲ ਪੈਪਾਂ ਲਾ ਕੇ ਅੱਗ ਬੁਝਾਈ ਆ। ਕੌਣ ਰਹਿੰਦਾ ਸੀ ਇੱਥੇ? ਇੱਥੇ ਸਾਡੇ ਸੋਨੇ ਵੀਰ ਹੈਗੇ, ਉਹ ਰਹਿੰਦੇ ਜੀ। ਕੀ ਨੁਕਸਾਨ ਹੋਇਆ? ਨੁਕਸਾਨ ਬਹੁਤ ਜ਼ਿਆਦਾ ਹੋ ਗਿਆ, ਪੇਟੀਆਂ ਦੇ ਅੰਦਰ ਅੱਗ ਪਹੁੰਚ ਗਈ ਬਹੁਤ ਜ਼ਿਆਦਾ, ਅਤੇ ਕੁਰਸੀਆਂ ਕਰਸੀਆਂ ਅੰਦਰ ਪਈਆਂ, ਸਾਰਾ ਕੁਝ ਸੜ ਗਿਆ। ਬੁਝਾਈ ਕਿੱਦਾਂ? ਬੁਝਾਈ ਪਾਈਪਾਂ ਲਾ ਕੇ। ਕੋਈ ਵਿਭਾਗ ਦਾ ਵੀ ਆਇਆ ਕਿ ਆਪੇ ਬੁਝਾਈ? ਨਹੀਂ, ਆਪੇ ਬੁਝਾਈ, ਬਾਲਟੀਆਂ ਥੱਲੇ ਲਿਆ ਕੇ ਆਪੇ ਬੁਝਾਈਆਂ, ਦੋ ਦੂਸਰੀਆਂ ਲੱਗੀਆਂ ਵਾ ਟੈਂਕੀਆਂ ਪਾਣੀ ਦੀਆਂ। ਸੜਿਆ ਹੋਇਆ ਫਰਨੀਚਰ ਤੇ ਬਿਸਤਰਿਆਂ ਚੋਂ ਨਿਕਲ ਰਿਹਾ ਇਹ ਧੂੰਆਂ ਤਸਵੀਰਾਂ ਉਸ ਘਰ ਦੀਆਂ ਨੇ ਜਿੱਥੇ ਕਹਿਰ ਬਣ ਕੇ ਅਸਮਾਨੀ ਬਿਜਲੀ ਡਿੱਗੀ ਹੈ। ਬਿਜਲੀ ਡਿੱਗਣ ਤੋਂ ਬਾਅਦ ਕਮਰੇ ਨੂੰ ਅੱਗ ਲੱਗ ਗਈ ਤੇ ਕਮਰੇ 'ਚ ਪਿਆ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਦੱਸ ਦੇ ਕਿ ਅਜਨਾਲਾ ਦੇ ਇੱਕ ਘਰ 'ਤੇ ਅਸਮਾਨੀ ਬਿਜਲੀ ਡਿੱਗਣ ਦੇ ਨਾਲ ਵੱਡਾ ਨੁਕਸਾਨ ਹੋਇਆ, ਜਿੱਥੇ ਹਵੇਲੀ ਦੇ ਕੋਠੇ ਵਾਲੇ ਕਮਰੇ 'ਚ ਪਿਆ ਸਾਰਾ ਸਮਾਨ ਅੱਗ ਦੇ ਵਿੱਚ ਸੜ ਕੇ ਸਵਾਹ ਹੋ ਗਿਆ। ਪਰਿਵਾਰ ਨੇ ਦੱਸਿਆ ਕਿ ਅਸਮਾਨੀ ਬਿਜਲੀ ਡਿੱਗਣ ਦਾ ਇਸ ਕਦਰ ਧਮਾਕਾ ਹੋਇਆ ਤੇ ਬਾਅਦ ਵਿੱਚ ਕਮਰੇ 'ਚ ਅੱਗ ਲੱਗ ਗਈ। ਲੋਕਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਤਾਂ ਪਾਇਆ ਗਿਆ, ਪਰ ਕਾਫੀ ਦੇਰ ਹੋ ਚੁੱਕੀ ਸੀ ਕਿਉਂਕਿ ਕਮਰੇ 'ਚ ਪਿਆ ਸਾਰਾ ਸਮਾਨ, ਫਰਨੀਚਰ, ਬਿਸਤਰੇ ਸਭ ਕੁਝ ਸੜ ਕੇ ਸਵਾਹ ਹੋ ਗਿਆ। ਗਨੀਮਤ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਜਿਸ ਸਮੇਂ ਅਸਮਾਨੀ ਬਿਜਲੀ ਡਿੱਗੀ, ਪਰਿਵਾਰ ਕੀ ਕਰ ਰਿਹਾ ਸੀ ਤੇ ਉਹਨਾਂ ਨੇ ਕੀ ਕੁਝ ਦੇਖਿਆ, ਉਹ ਤੁਸੀਂ ਉਹਨਾਂ ਦੇ ਮੂੰਹੋਂ ਹੀ ਸੁਣ ਲਓ। ਸਾਡੇ ਗ੍ਰਹਿ ਵਿਖੇ ਅਜਨਾਲਾ ਵਿਖੇ ਮਤਲਬ ਕਿ ਬੱਤੀ ਗਿਰ ਗਈ ਹੈ ਜੀ, ਕੁਦਰਤੀ ਆਫਤ, ਅਤੇ ਚਲੋ ਮਤਲਬ ਕਿ ਹੁਣ ਪਹੁੰਚਾ ਹੈ ਅਤੇ ਮਤਲਬ ਕਿ ਇਹੋ ਹੀ ਹੈ ਵੀ ਚਲੋ ਪਰਮਾਤਮਾ ਦੀ ਮਿਹਰ। ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ? ਨਹੀਂ ਜੀ, ਜਾਨੀ ਨੁਕਸਾਨ ਨਹੀਂ ਹੋਇਆ ਜੀ। ਮਾਲੀ ਕਿੰਨਾ ਕੁ ਹੋਇਆ ਥੋੜ੍ਹਾ? ਮਾਲੀ ਜੀ ਸਮਾਨ ਸੜ ਗਿਆ ਜੀ, ਸਮਾਨ ਸੀਗਾ ਮਤਲਬ ਕਿ ਕੁਝ ਲੱਕੜ ਦਾ, ਕੁਝ ਬੈੱਡ ਸੀਗੇ, ਕੁਝ ਇਸ ਤਰ੍ਹਾਂ ਦਾ ਮਤਲਬ ਕਿ ਹੈ ਨਾ ਸਮਾਨ, ਬਿਸਤਰੇ ਵਗੈਰਾ, ਉਹ ਸਾਨੂੰ ਕੀ। ਮੇਰਾ ਨਾਮ ਵੀ ਹਿਮਾਂਸ਼ੂ ਰਾਏ ਜੀ, ਅਤੇ ਆਪਾਂ ਦੁਕਾਨ ਦੇ ਬਾਹਰ ਖਲੋਤੇ ਸੀ ਜੀ, ਅਤੇ ਇੱਥੇ ਅੱਗ ਧੂੰਆਂ ਨਿਕਲਣ ਡਿਆ ਸੀ ਬਹੁਤ ਜ਼ਿਆਦਾ, ਅਤੇ ਆਣ ਕੇ ਵੇਖਿਆ ਤਾਂ ਕਮਰੇ 'ਚ ਅੱਗ ਲੱਗ ਗਈ ਸੀ ਜੀ, ਅਤੇ ਨੁਕਸਾਨ ਹੋ ਗਿਆ ਸਾਰਾ, ਅਤੇ ਹੁਣ ਪਾਣੀ ਨਾਲ ਪੈਪਾਂ ਲਾ ਕੇ ਅੱਗ ਬੁਝਾਈ ਆ। ਕੌਣ ਰਹਿੰਦਾ ਸੀ ਇੱਥੇ? ਇੱਥੇ ਸਾਡੇ ਸੋਨੇ ਵੀਰ ਹੈਗੇ, ਉਹ ਰਹਿੰਦੇ ਜੀ। ਕੀ ਨੁਕਸਾਨ ਹੋਇਆ? ਨੁਕਸਾਨ ਬਹੁਤ ਜ਼ਿਆਦਾ ਹੋ ਗਿਆ, ਪੇਟੀਆਂ ਦੇ ਅੰਦਰ ਅੱਗ ਪਹੁੰਚ ਗਈ ਬਹੁਤ ਜ਼ਿਆਦਾ, ਅਤੇ ਕੁਰਸੀਆਂ ਕਰਸੀਆਂ ਅੰਦਰ ਪਈਆਂ, ਸਾਰਾ ਕੁਝ ਸੜ ਗਿਆ। ਬੁਝਾਈ ਕਿੱਦਾਂ?
ਬਝਾਈ ਪਾਈਪਾਂ ਲਾ ਕੇ। ਕੋਈ ਵਿਭਾਗ ਦਾ ਵੀ ਆਇਆ ਕਿ ਆਪੇ ਬਝਾਈ? ਨਹੀਂ, ਆਪੇ ਬਝਾਈ, ਬਾਲਟੀਆਂ ਥੱਲੇ ਲਿਆ ਕੇ ਆਪੇ ਬਝਾਈਆਂ। ਦੋ ਦੂਸਰੀਆਂ ਲੱਗੀਆਂ ਵਾ ਟੈਂਚੀਆਂ ਪਾਣੀ ਦੀਆਂ।